ਤੇ ਉਧਰ ਓਨਟੇਰੀਓ ਦੇ ਲੋਕ ਆਪਣੀ ਸਰਕਾਰ ਤੋਂ ਉਮੀਦ ਕਰਦੇ ਨੇ ਕਿ ਉਹ ਪ੍ਰੋਵਿੰਸ਼ੀਅਲ ਹਿੱਤਾਂ ਲਈ ਖੜੀ ਹੋਵੇ, ਸਾਡੇ ਅਰਥਚਾਰੇ ਦਾ ਵਿਕਾਸ ਕਰੇ ਅਤੇ ਟੈਕਸ ਦਾਤਾਵਾਂ ਦੀ ਇੱਜ਼ਤ ਕਰੇ। ਚਿਲਡਰਨ ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਮੰਤਰੀ ਲੀਜ਼ਾ ਮੈਕਲਿਓਡ ਨੇ ਆਖਿਆ ਕਿ ਫੈਡਰਲ ਸਰਕਾਰ ਦੀਆਂ ਨੀਤੀਆਂ ਜਿੰਨਾ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਬਿਨਾਂ ਕਿਸੇ ਢੁਕਵੀਂ ਪ੍ਰਕਿਰਿਆ ਵਿੱਚੋਂ ਲੰਘੇ ਸਾਡੇ ਦੇਸ਼ ਵਿੱਚ ਦਾਖਲ ਹੋ ਗਏ ਦਾ ਓਨਟੇਰੀਓ ਦੇ ਐਜੂਕੇਸ਼ਨ ਸਿਸਟਮ, ਸਾਡੇ ਲੀਗਲ ਏਡ ਸਿਸਟਮ, ਸਾਡੇ ਸੋਸ਼ਲ ਅਸੈਸਮੈਂਟ ਸਿਸਟਮ ਅਤੇ ਸਾਡੇ ਐਮਰਜੈਂਸੀ ਪਨਾਹ ਦੇਣ ਵਾਲੇ ਸਿਸਟਮ ਉੱਤੇ ਨਕਾਰਾਤਮਕ ਅਸਰ ਹੋ ਰਿਹਾ। ਮੈਕਲਿਓਡ ਨੇ ਆਖਿਆ ਕਿ ਮੌਜੂਦਾ ਸੰਕਟ ਕਾਰਨ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਆਏ ਲੋਕਾਂ ਕਾਰਨ ਓਨਟੇਰੀਓ ਦੇ ਟੈਕਸ ਦਾਤਾਵਾਂ ਦੀਆਂ ਜੇਬਾਂ ਉੱਤੇ ਕਈ ਮਿਲੀਅਨ ਡਾਲਰ ਦਾ ਬੋਝ ਹੋਰ ਪੈ ਰਿਹਾ ਅਤੇ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਹ ਸਾਰੀ ਸਥਿਤੀ ਅਸੀਂ ਪੈਦਾ ਨਹੀਂ ਕੀਤੀ। ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਇੱਧਰ ਆਏ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਲਈ ਓਨਟੇਰੀਓ ਨੂੰ ਹੁਣ ਤੱਕ 200 ਮਿਲੀਅਨ ਡਾਲਰ ਖਰਚਣੇ ਪਏ ਨੇ। ਇਸ ਲਈ ਟੋਰਾਂਟੋ ਸਿਟੀ ਉੱਤੇ 74 ਮਿਲੀਅਨ ਡਾਲਰ ਆਰਜੀ ਘਰ ਤਿਆਰ ਕਰਨ, 3 ਮਿਲੀਅਨ ਡਾਲਰ ਰੈੱਡ ਕਰਾਸ ਅਤੇ ਰਿਫਿਊਜੀ ਦਾਅਵੇਦਾਰਾਂ ਲਈ ਹੋਰ ਸਹਾਇਤਾ ਮੁਹੱਈਆ ਕਰਵਾਉਣ, ਸਿਟੀ ਆਫ ਆਟਵਾ ਲਈ 12 ਮਿਲੀਅਨ ਡਾਲਰ ਸੋਸ਼ਲ ਅਸੈਸਮੈਂਟ ਵਜੋਂ 90 ਮਿਲੀਅਨ ਡਾਲਰ ਅਤੇ ਪ੍ਰਾਇਮਰੀ ਅਤੇ ਸੈਕੰਡਰੀ ਐਜੂਕੇਸ਼ਨ ਲਈ 20 ਮਿਲੀਅਨ ਡਾਲਰ ਦਾ ਭਾਰ ਪਿਆ। ਓਨਟੇਰੀਓ ਸਰਕਾਰ ਦਾ ਮੰਨਣਾ ਕਿ ਗੈਰ ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰਕੇ ਆਉਣ ਵਾਲੇ ਲੋਕਾਂ ਸੰਬੰਧੀ ਪ੍ਰਬੰਧ ਕਰਨਾ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ। ਅਸੀਂ ਫੈਡਰਲ ਸਰਕਾਰ ਨੂੰ ਇਸ ਸੰਬੰਧ ਵਿੱਚ ਓਨਟੇਰੀਓ ਵੱਲੋਂ ਕੀਤੇ ਖਰਚੇ ਲਈ 200 ਮਿਲੀਅਨ ਡਾਲਰ ਅਦਾ ਕਰਨ ਲਈ ਆਖਿਆ। ਉਹਨਾਂ ਸਾਨੂੰ ਹੁਣ 11 ਮਿਲੀਅਨ ਡਾਲਰ ਮੋੜਨੇ ਨੇ, ਇਹ ਸਵੀਕਾਰਯੋਗ ਨਹੀਂ ਹੈ। ਮੈਕਲਿਓਡ ਵੱਲੋਂ ਇਹ ਸੁਨੇਹਾ ਇਰੈਗੂਲਰ ਮਾਈਗ੍ਰੇਸ਼ਨ ਐਂਡ ਹੌਕ ਇੰਟਰ ਗਵਰਨਮੈਂਟ ਟਾਸਕ ਫੋਰਸ ਲਈ ਹੋਈ ਮੀਟਿੰਗ ਵਿੱਚ ਆਪਣੇ ਫੈਡਰਲ ਅਤੇ ਪ੍ਰੋਵਿੰਸ਼ੀਅਲ ਹਮਰੁਤਬਾ ਅਧਿਕਾਰੀਆਂ ਨੂੰ ਲਾਇਆ ਗਿਆ।